ਸੱਗੀ ਸਿਰ ਤੇ ਸਜਾ ਕੇ ਬਾਹੀ ਲਾਲ ਚੂੜਾ ਪਾ ਕੇ ਸੱਗੀ ਸਿਰ ਜਾ ਕੇ ਬਾਹੀ ਮੇਰੇ ਕੈਂਠੇ ਦੇ ਛਣ ਕਣ ਵਰਕੇ ਨੀ ਚਾਂਜਰ ਛਣਕ ਗਏ ਜਦੋਂ ਨੱਚੀ ਮੈਂ ਪਟੋਲਾ ਬਣ ਕੇ ਨੀ ਚਾਂਜਰ ਛਣਕ ਗਈ ਜਦੋਂ ਨੱਚੀ ਮੈਂ ਪਟੋਲਾ ਬਣ ਕੇ ਨੀ ਚਾਂਜਰ ਛਣਕ ਗਈ ਮੇਰਾ ਨਾਮ ਨਵਜੋਤ ਕੌਰ ਹੈ। ਹਾਂ ਨਵਜੋਤ ਜੀ, ਕੀ ਹੋ ਗਿਆ ਤੁਸੀਂ ਮੰਨ ਲਓ ਤੀਆਂ ਦੇ ਤਿਉਹਾਰ ਨੂੰ ਮਨਾਇਆ? ਸਾਡੇ ਕਾਲਜ ਵਿੱਚ ਹਰ ਵਾਰ ਤੀਆਂ ਦੇ ਤਿਉਹਾਰ ਮਨਾਇਆ ਜਾਂਦਾ ਜਿੱਥੇ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਅਤੇ ਸਾਨੂੰ ਹੋਰ ਨਵੀਂ ਨਵੀਂ ਐਕਟੀਵਿਟੀ ਸਿੱਖਣ ਨੂੰ ਮਿਲਦੀਆਂ ਨੇ ਅਤੇ ਆਪਣੇ ਪੰਜਾਬੀ ਸੱਭਿਆਚਾਰ ਬਾਰੇ ਸਿੱਖਣ ਨੂੰ ਮਿਲਦਾ ਅਤੇ ਸਾਡੇ ਕਾਲਜ ਵਾਲੇ ਵੈਸੇ ਹੀ ਤੀਆਂ ਦਾ ਤਿਉਹਾਰ ਮਨਾਉਂਦੇ ਹਨ। ਸੱਗੀ ਸਿਰ ਤੇ ਸਜਾ ਕੇ ਬਾਹੀ ਲਾਲ ਚੂੜਾ ਪਾ ਕੇ ਸੱਗੀ ਸਿਰ ਜਾ ਕੇ ਬਾਹੀ ਮੇਰੇ ਕੈਂਠੇ ਦੇ ਛਣ ਕਣ ਵਰਕੇ ਨੀ ਚਾਂਜਰ ਛਣਕ ਗਏ ਜਦੋਂ ਨੱਚੀ ਮੈਂ ਪਟੋਲਾ ਬਣ ਕੇ ਨੀ ਚਾਂਜਰ ਛਣਕ ਗਈ ਜਦੋਂ ਨੱਚੀ ਮੈਂ ਪਟੋਲਾ ਬਣ ਕੇ ਨੀ ਚਾਂਜਰ ਛਣਕ ਗਈ। ਧੀਆਂ ਜੀ ਦੇਖੋ, ਜਿਹੜਾ ਆਪਣਾ ਪੰਜਾਬ ਦਾ ਜਿਹੜਾ ਵਿਰਸਾ ਹੈ ਉਹਦੇ 'ਚ ਸਾਰੇ ਤਿਉਹਾਰ ਬੜੀ ਧੂਮਧਾਮ ਨਾਲ ਮਨਾਏ। ਧੀਆਂ ਇੱਕ ਸਾਉਣ ਦੇ ਮਹੀਨੇ 'ਚ ਕੁੜੀਆਂ ਤਿਉਹਾਰ ਹੈ, ਜਦੋਂ ਉਹ ਆਪਣਾ ਖੁਸ਼ੀ 'ਚ ਸੱਜਦੀਆਂ ਦੱਸਦੀਆਂ ਨੇ, ਪੀਂਘਾਂ ਪਾਉਂਦੀਆਂ ਨੇ, ਗਿੱਧਾ ਪਾਉਂਦੀਆਂ ਨੇ ਅਤੇ ਸੈਲੀਬ੍ਰੇਸ਼ਨ ਹੁੰਦੀ ਹੈ ਲੜਕੀਆਂ ਵਾਸਤੇ। ਅਤੇ ਅੱਜ ਅਸੀਂ ਨਰਸਿੰਗ ਕਾਲਜ ਇੱਥੇ ਆਏ ਹਾਂ ਅਤੇ ਇੱਥੇ ਆਦਰਸ਼ ਨਰਸਿੰਗ ਕਾਲਜ ਸਮਾਨਾਂ 'ਚ ਤੀਜ ਦਾ ਤਿਉਹਾਰ ਸੈਲੀਬ੍ਰੇਟ ਕੀਤਾ ਜਾ ਰਿਹਾ ਅਤੇ ਬੜਾ ਹੀ ਜੋਸ਼ ਹੈ ਬੱਚਿਆਂ 'ਚ ਇੱਥੇ। ਅਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਆਪਾਂ ਆਪਣੇ ਵਿਰਸੇ ਨਾਲ ਜੁੜੇ ਹੋਏ ਹਾਂ, ਸੱਭਿਆਚਾਰ ਨਾਲ ਜੁੜੇ ਹੋਏ ਹਾਂ ਅਤੇ ਉਹ ਤਿਉਹਾਰਾਂ ਨੂੰ ਆਪਾਂ ਅੱਜ ਵੀ ਮਨਾ ਰਹੇ ਹਾਂ ਤਾਂ ਜੋ ਜਿਹੜੇ ਅੱਜ ਦੀ ਜਨਰੇਸ਼ਨ ਹੈ ਉਹਨਾਂ ਨੂੰ ਪਤਾ ਚੱਲੇ ਕਿ ਪੰਜਾਬ ਦੇ ਸੱਭਿਆਚਾਰ ਬਾਰੇ ਉਹ ਹਮੇਸ਼ਾ ਹੀ ਜਾਣੂ ਰਹਿਣ ਅਤੇ ਉਹਨੂੰ ਮਤਲਬ ਫੋਲੋ ਕਰਦੇ ਰਹਿਣ। ਬਹੁਤ ਵਧੀਆ ਕੀਤੀ ਹੈ ਜੀ। ਤੀਆਂ ਦਾ ਤਿਉਹਾਰ ਜਿੱਦਾਂ ਕਿ ਸਾਨੂੰ ਪਤਾ ਸਾਡਾ ਵਿਰਸਾ ਹੈਗਾ, ਅਸੀਂ ਪੰਜਾਬ 'ਚ ਰਹਿੰਦੇ ਹਾਂ, ਸਾਨੂੰ ਸਭ ਨੂੰ ਪਤਾ ਸਾਡਾ ਇਤਿਹਾਸ ਕੀ ਆ। ਸਾਡੇ ਅੱਜ ਦੇ ਦਿਨ ਦਾ ਮੋਟਿਵ ਇਹ ਹੁੰਦਾ ਕਿ ਜੋ ਸਾਡੀ ਅੱਜ ਦੀ ਜਨਰੇਸ਼ਨ, ਜਿੱਦਾਂ ਅਸੀਂ ਦੇਖ ਹੀ ਰਹੇ ਹਾਂ, ਸੋਸਾਇਟੀ 'ਚ ਦੇਖ ਰਹੇ ਹਾਂ ਕਿ ਸਾਡੀ ਅੱਜ ਦੀ ਜਨਰੇਸ਼ਨ ਸਾਡੇ ਵਿਰਸੇ ਤੋਂ ਬਹੁਤ ਦੂਰ ਜਾ ਰਹੀ ਆ। ਇਹ ਇੱਕ ਛੋਟਾ ਜਿਹਾ ਇਨੀਸ਼ੀਏਟਿਵ ਹੁੰਦਾ ਜਿੱਥੇ ਅਸੀਂ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਹਾਂ ਅਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਬੱਚਿਆਂ ਨੂੰ ਇੱਦਾਂ ਹੀ ਆਪਣੇ ਵਿਰਸੇ ਦੇ ਨਾਲ ਜੋੜਦੇ ਰਹੀਏ ਅਤੇ ਜਾਣੂ ਕਰਵਾਉਂਦੇ ਰਹੀਏ। ਧੰਨਵਾਦ।